ਮੋਹਾਲੀ ਦੇ ਵਿੱਚ ਇੱਕ ਕੁੜੀ ਦਾ ਕਤਲ ਕਰਨ ਵਾਲੇ ਮੁਲਜ਼ਮ ਦੀ ਪਹਿਚਾਣ ਹੋ ਗਈ ਹੈ। ਦੱਸਦੀ ਕਿ ਉਸ ਦਾ ਨਾਮ ਸੁਖਚੈਨ ਸਿੰਘ ਹੈ ਤੇ ਉਹ ਸਮਰਾਲਾ ਦੇ ਪਿੰਡ ਖੀਰਨੀਆਂ ਦਾ ਰਹਿਣ ਵਾਲਾ ਹੈ। ਦੱਸਦੀ ਹੈ ਕਿ ਇੱਕ ਪੈਟਰੋਲ ਪੰਪ ਤੇ ਕੰਮ ਕਰਦਾ ਸੀ। ਹਾਲੇ ਪਿਛਲੇ ਮਹੀਨੇ ਹੀ ਉਸ ਨੇ ਪੈਟਰੋਲ ਪੰਪ ਤੋਂ ਨੌਕਰੀ ਛੱਡ ਦਿੱਤੀ ਸੀ ਤੇ ਉਹ ਕਬੱਡੀ ਦਾ ਵੀ ਖਿਡਾਰੀ ਹੈ। ਸੁਖਚੈਨ ਸਿੰਘ ਉਸ ਦਾ ਨਾਮ ਹੈ, ਸਮਰਾਲਾ ਦਾ ਪਿੰਡ ਖੀਰਨੀਆਂ ਜਿੱਥੋਂ ਦਾ ਉਹ ਰਹਿਣ ਵਾਲਾ ਹੈ ਤੇ ਬਲਜਿੰਦਰ ਕੌਰ ਦੇ ਨਾਲ ਉਸਦੇ ਪ੍ਰੇਮ ਸੰਬੰਧ ਸਨ। ਦੋਹਾਂ ਦੇ ਆਪਸ ਦੇ ਵਿੱਚ ਕਿਸੇ ਕਾਰਨ ਸੰਬੰਧ ਵਿਗੜ ਗਏ, ਲੜਾਈ ਝਗੜਾ ਹੋ ਗਿਆ, ਜਿਸ ਤੋਂ ਬਾਅਦ ਉਸ ਨੇ ਮੋਹਾਲੀ ਦੇ ਵਿੱਚ ਅੱਜ 5 ਫੇਜ਼ ਦੇ ਵਿੱਚ ਬਲਜਿੰਦਰ ਕੌਰ ਤੇ ਜਾਨਲੇਵਾ ਹਮਲਾ ਕਰ ਦਿੱਤਾ ਤੇ ਉਸ ਦਾ ਕਤਲ ਕਰ ਦਿੱਤਾ। ਇੱਕ ਨਹੀਂ, ਦੋ ਨਹੀਂ, ਬਲਕਿ 15 ਵਾਰ ਉਸ ਨੇ ਲੜਕੀ ਬਲਜਿੰਦਰ ਕੌਰ ਤੇ ਤੇਜ਼ ਧਾਰ ਹਥਿਆਰ ਦੇ ਨਾਲ ਤਲਵਾਰ ਨਾਲ ਵਾਰ ਕੀਤੇ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸੁਖਚੈਨ ਸਿੰਘ ਪਿੰਡ ਖੀਰਨੀਆਂ ਦਾ ਰਹਿਣ ਵਾਲਾ ਹੈ। ਦੱਸਿਆ ਵੀ ਜਾ ਰਿਹਾ ਹੈ ਕਿ ਜਦੋਂ ਪੁਲਿਸ ਮੁਲਾਜ਼ਮ ਉਸ ਨੂੰ ਫੜਨ ਦੇ ਲਈ ਪਹੁੰਚਦੇ ਨੇ, ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹ ਪੁਲਿਸ ਪਾਰਟੀ ਤੇ ਵੀ ਹਮਲਾ ਕਰ ਦਿੰਦਾ ਹੈ, ਕਿਰਪਾਨ ਦੇ ਨਾਲ ਵਾਰ ਕਰ ਦਿੰਦਾ ਹੈ, ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਦੌਰਾਨ ਉਸ ਦੇ ਵੀ ਪੈਰ ਤੇ ਸੱਟ ਲੱਗੀ ਹੈ, ਫ੍ਰੈਕਚਰ ਆਇਆ ਹੈ ਤੇ ਉਸ ਨੂੰ ਮੋਹਾਲੀ ਦੇ ਸਿਵਲ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਤਾਂ ਦੱਸ ਦਈਏ ਕਿ ਸਵੇਰ ਵੇਲੇ ਜਦੋਂ ਇਹ ਲੜਕੀ ਆਟੋ ਦੇ ਵਿੱਚੋਂ ਉਤਰਦੀ ਹੈ ਤਾਂ ਇਹ ਤਲਵਾਰ ਦੇ ਨਾਲ ਇਸ ਤੇ ਹਮਲਾ ਕਰ ਦਿੰਦਾ ਹੈ। ਬੈਂਕ ਦੇ ਕਾਲ ਸੈਂਟਰ ਦੇ ਵਿੱਚ ਕੰਮ ਕਰਦੀ ਲੜਕੀ ਬਲਜਿੰਦਰ ਕੌਰ ਫਤਿਹਗੜ੍ਹ ਸਾਹਿਬ ਦੇ ਪਿੰਡ ਫਤਿਹਪੁਰ ਜੱਟਾਂ ਦੀ ਰਹਿਣ ਵਾਲੀ ਹੈ ਤੇ ਲੜਕਾ ਸੁਖਚੈਨ ਸਿੰਘ ਦੱਸ ਦਈਏ ਕਿ ਸਮਰਾਲਾ ਦੇ ਪਿੰਡ ਖੀਰਨੀਆਂ ਦਾ ਰਹਿਣ ਵਾਲਾ ਹੈ ਤੇ ਉਸ ਨੇ ਬਲਜਿੰਦਰ ਕੌਰ ਦਾ ਕਤਲ ਕਰ ਦਿੱਤਾ ਹੈ। ਇੱਕ ਨਹੀਂ, ਦੋ ਨਹੀਂ, ਬਲਕਿ 15 ਵਾਰ ਉਸ ਤੇ ਵਾਰ ਕੀਤੇ। ਦੱਸ ਦਈਏ ਕਿ ਦਰਿੰਦਾ ਸੁਖਚੈਨ ਸਿੰਘ ਉਦੋਂ ਤੱਕ ਲੜਕੀ ਤੇ ਵਾਰ ਕਰਦਾ ਰਿਹਾ ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਗਈ। ਹਾਲਾਂਕਿ ਉਸ ਨੂੰ ਗੰਭੀਰ ਹਾਲਤ ਦੇ ਵਿੱਚ ਹਸਪੀਟਲ ਲਿਆਂਦਾ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਪਹਿਲਾਂ ਸੁਖਚੈਨ ਸਿੰਘ ਇੱਕ ਪੈਟਰੋਲ ਪੰਪ ਤੇ ਕੰਮ ਕਰਦਾ ਸੀ। ਸਮਰਾਲੇ ਦਾ ਇਹ ਪੈਟਰੋਲ ਪੰਪ ਹੈ ਜਿੱਥੇ ਉਹ ਕੰਮ ਕਰਦਾ ਸੀ। 3 ਮਹੀਨੇ ਤੱਕ ਇਸ ਨੇ ਇੱਥੇ ਜੌਬ ਕੀਤੀ। ਪਿਛਲੇ ਮਹੀਨੇ ਹੀ ਇੱਥੇ ਇਸ ਨੇ ਜੌਬ ਜਿਹੜੀ ਆ ਉਹ ਛੱਡ ਦਿੱਤੀ ਸੀ। ਦੂਜੇ ਪਾਸੇ ਲੜਕੀ ਬੈਂਕ ਦੇ ਕਾਲ ਸੈਂਟਰ ਦੇ ਵਿੱਚ ਕੰਮ ਕਰਦੀ ਸੀ ਤੇ ਦੋਹਾਂ ਦੇ ਆਪਸ ਦੇ ਵਿੱਚ ਸੰਬੰਧ ਸਨ। ਤਾਂ ਦੱਸ ਦਈਏ ਕਿ ਸੁਖਚੈਨ ਸਿੰਘ ਨੇ ਬਲਜਿੰਦਰ ਕੌਰ ਦਾ ਕਿਰਪਾਨਾ ਮਾਰ ਮਾਰ ਕੇ ਤਲਵਾਰਾਂ ਮਾਰ ਮਾਰ ਕੇ ਕਤਲ ਕਰ ਦਿੱਤਾ ਹੈ। ਇਹ ਆਪਣੇ ਚੰਡੀਗੜ੍ਹ ਰੋਡ ਤੇ ਪੁਰਾਣਾ ਰੋਡ ਹੈ, SPK ਫਿਊਲ ਹੈ ਵੀਰੇ। ਇੱਥੇ ਇੱਕ ਮੁੰਡਾ ਸੁਖਚੈਨ ਨਾਂ ਦਾ ਮੁੰਡਾ ਕੰਮ ਕਰ ਰਿਹਾ, ਕਿਸ ਤਰ੍ਹਾਂ ਸੁਭਾਅ ਸੀ? ਠੀਕ ਸੀਗਾ ਵੀਰੇ, ਨਾਰਮਲ ਆਪਣੇ ਜਿਹੋ ਜਿਹੇ ਸੁਭਾਅ ਸੀਗਾ ਬੰਦੇ ਦਾ ਜੀ। ਕਿੰਨਾ ਟਾਈਮ ਕੰਮ ਕੀਤਾ ਉਹਨੇ? ਦੋ ਤਿੰਨ ਕੁ ਮਹੀਨੇ ਲਾਏ ਆ ਵੀਰੇ ਉਹਨੇ। ਕੋਈ ਲੱਗਦਾ ਸੀ ਵੀ ਗੁੱਸੇ ਖੋਰ ਆ ਜਾਂ ਨਾ? ਠੀਕ ਜਿਹਾ ਸੁਭਾਅ ਸੀ, ਤੁਹਾਨੂੰ ਮੈਂ ਫਿਰ ਵੀ ਦੱਸਿਆ ਪਹਿਲਾਂ ਵੀ ਠੀਕ ਜਿਹਾ ਸੁਭਾਅ ਸੀਗਾ। ਆਪਣੇ ਪਿਛਲੇ ਮਹੀਨੇ ਹਟ ਗਿਆ ਸੀਗਾ ਤਨਖਾਹ ਲੈ ਕੇ ਜੀ। ਕਿਹੜੇ ਪਿੰਡ ਦਾ ਸੀ? ਆ ਨਾਲ ਆਪਣੇ ਖੀਰਨੀਆਂ ਪਿੰਡ ਆ ਜੀ ਉਰੇ। ਹਾਂਜੀ। ਗਰਮੀ ਬਹੁਤ ਆ ਹੁਣ, ਕਹਿੰਦਾ ਮੇਰੇ ਤੋਂ ਕਹਿੰਦਾ ਕੰਮ ਨੀ ਕਰ ਹੁੰਦਾ। ਉਹਦੇ ਗੋਡੇ ਦਾ ਆਪਰੇਸ਼ਨ ਹੋਇਆ ਸੀ, ਲਿਗਾਮੈਂਟ ਦਾ, ਉਹਦੇ ਕਬੱਡੀ ਖੇਡਦੇ ਖੇਡਦੇ ਸੱਟ ਲੱਗ ਗਈ ਸੀ। ਕਹਿੰਦਾ ਕਬੱਡੀ ਪਲੇਅਰ ਸੀਗਾ? ਹਾਂਜੀ ਹਾਂਜੀ। ਅੱਜ ਉਹਨੇ ਇੱਕ ਮੋਹਾਲੀ ਕੁੜੀ ਮਾਰਤੀ, ਪਤਾ ਲੱਗਿਆ? ਨਹੀਂ, ਸਾਨੂੰ ਤਾਂ ਥੋਤੋਂ ਹੀ ਪਤਾ ਲੱਗਿਆ ਵੀਰੇ। ਅਸੀਂ ਤਾਂ ਉਰੇ ਪੈਟਰੋਲ ਪੰਪ ਤੇ ਫੋਨ ਵੀ ਨਹੀਂ ਅਲਾਊਡ ਹੈਗਾ, ਉਰੇ ਤਾਂ ਦੇਖ ਨਹੀਂ ਨਾ ਸਕਦੇ।